ਜਿਸ ਦਾ ਕੁਝ ਹੀ ਮਹੀਨੇ ਪਹਿਲਾਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਦੇ ਪਿਤਾ ਸੁਖਚੈਨ ਸਿੰਘ ਭੁੱਲਰ ਵਾਸੀ ਫਰੀਦਕੋਟ ਨੇ ਫੇਸਬੁੱਕ ਤੇ ਪਾਈਆਂ ਗਈਆਂ ਉਹਨਾਂ ਪੋਸਟਾਂ ਦਾ ਖੰਡਨ ਕੀਤਾ ਜਿਨ੍ਹਾਂ 'ਚ ਲਿਖਿਆ ਗਿਆ ਕਿ ਵਿੱਕੀ ਮਿੱਡੂ ਖੇੜਾ ਨੇ ਗੁਰਲਾਲ ਬਲਵਾਨ ਦਾ ਕਤਲ ਕਰਵਾਇਆ ਸੀ। ਪਿਤਾ ਸੁਖਚੈਨ ਸਿੰਘ ਨੇ ਇਹਨਾਂ ਪੋਸਟਾਂ ਨੂੰ ਬੇਬੁਨਿਆਦੀ ਅਤੇ ਸੱਚਾਈ ਤੱਥਾਂ ਤੋਂ ਕੋਹਾਂ ਦੂਰ ਦੱਸਿਆ। ਉਹਨਾਂ ਕਿਹਾ ਕਿ ਵਿੱਕੀ ਮਿੱਡੂ ਖੇੜਾ ਦਾ ਉਹਨਾਂ ਦੇ ਪੁੱਤਰ ਗੁਰਲਾਲ ਨਾਲ ਭਰਾਵਾਂ ਤੋਂ ਵੀ ਵੱਧ ਕੇ ਪਿਆਰ ਸੀ ਅਤੇ ਉਸਦੇ ਕਤਲ ਤੋਂ ਬਾਅਦ ਵਿੱਕੀ ਮਿੱਡੂ ਖੇੜਾ ਉਹਨਾਂ ਦੇ ਕੋਲ ਬਹੁਤ ਵਾਰੀ ਆਇਆ। ਹੋਰ ਕੀ ਕੁਝ ਕਿਹਾ ਪਿਤਾ ਸੁਖਚੈਨ ਸਿੰਘ ਨੇ ਉਹ ਤੁਹਾਨੂੰ ਦਿਖਾ ਦਿੰਦੇ ਹਾਂ। ਮਾਮਲਾ ਇਹ ਆ ਕਿ ਜਿਹੜੀਆਂ ਆ ਪੋਸਟਾਂ ਪੈਂਦੀਆਂ ਨੇ ਰੋਜ਼ ਦੀਆਂ ਰੋਜ਼ ਫੋਨ 'ਤੇ ਗੈਂਗਸਟਰਾਂ ਵੱਲੋਂ ਕੋਈ ਕਿਸੇ ਵੱਲੋਂ ਵੀ ਜੋ ਕੁਝ ਕਹੀ ਜਾਂਦੇ ਨੇ ਵੀ ਆਹ ਆਪਣਾ ਫਲਾਣੇ ਦਾ ਬਦਲਾ ਹੀ ਲੈ ਲਿਆ, ਚਿਮਕੜੇ ਦਾ ਬਦਲਾ ਲੈ ਲਿਆ ਹੈ। ਮੈਂ ਆਪਣਾ ਗੁਰਲਾਲ ਭਲਵਾਨ ਦਾ ਫਾਦਰ ਸੁਖਚੈਨ ਸਿੰਘ ਭੁੱਲਰ ਬੋਲਦਾ, ਜੋ ਕਿ ਹੋ ਮੇਰੇ ਵੱਲੋਂ ਅਤੇ ਅਜੇ ਹੋਰ ਵੀ ਨੌਜਵਾਨ ਅਤੇ ਆਪਣੇ ਮਾਪਿਆਂ ਵੱਲੋਂ ਪੰਜਾਬ ਸਰਕਾਰ ਨੂੰ, DGP ਸਾਹਿਬ ਨੂੰ ਅਤੇ ਸਾਰੇ ਪ੍ਰਸ਼ਾਸਨ ਨੂੰ ਮੈਂ ਬੇਨਤੀ ਕਰਦਾ ਵੀ ਲੋਕਾਂ ਦੇ ਕਿੰਨੇ ਕੁ ਹੋਰ ਪੁੱਤ ਜੇ ਮਰਨਗੇ ਅਤੇ ਕਿੰਨੇ ਕੁ ਮਰਵਾਉਣੇ ਨੇ। ਇਹਨਾਂ ਦਾ ਜ਼ਿੰਮੇਵਾਰ ਪੰਜਾਬ ਸਰਕਾਰ ਆ ਜਾਂ ਸਿਸਟਮ ਆ ਵੀ ਇਹਨਾਂ ਨੂੰ ਠੱਲ ਪਾਉਣੀ ਚਾਹੀਦੀ ਹੈ। ਇਹ ਕੰਮ ਨਹੀਂ ਹੋਣਾ ਚਾਹੀਦਾ। ਜਿਹਦਾ ਪੁੱਤ ਮਰ ਜਾਂਦਾ, ਜਿਹਦਾ ਘਰ ਉੱਜੜਦਾ, ਉਹਨੂੰ ਪਤਾ ਹੁੰਦਾ, ਦੂਜੇ ਨੂੰ ਉਹ ਦੁੱਖ ਨਹੀਂ ਹੁੰਦਾ ਜਿੰਨਾ ਉਹਨਾਂ ਨੂੰ ਘਰ ਵਾਲਿਆਂ ਨੂੰ ਹੁੰਦਾ ਕਿ ਸਾਡੇ ਨਾਲ ਕੀ ਬੀਤੀ ਆ। ਅਤੇ ਬਾਕੀ ਮੇਰੀ ਸਰਕਾਰ ਅਤੇ ਪੁਲਿਸ ਨੂੰ ਇਹ ਆਪਣਾ ਬੇਨਤੀ ਹੈ ਵੀ ਇਹ ਨਵਾਂ ਢੰਗ ਨਾ ਲੱਭਣ ਆਪਦਾ, ਜਿਹੜਾ ਜੋੜ ਲੈਂਦੇ ਨੇ ਵੀ ਇਹ ਫਲਾਣਾ ਗੈਂਗਵਾਰ ਹੋ ਗਏ ਨੇ, ਆਪ ਜੀ ਗੈਂਗਵਾਰ ਕਰਕੇ ਫਲਾਣੇ ਦਾ ਬਦਲ ਲਿਆ, ਮਲਾਣੇ ਨੂੰ ਮਾਰਤਾ, ਢਿਮਕੜੇ ਨੂੰ ਮਾਰਤਾ ਹੈ। ਇਹ ਜ਼ਿੰਮੇਵਾਰੀ ਸਾਰੀ ਪ੍ਰਸ਼ਾਸਨ ਦੀ ਆ, ਇਹ ਕੋਈ ਲੋਕਾਂ ਦੀ ਪਬਲਿਕ ਦੀ ਜ਼ਿੰਮੇਵਾਰੀ ਨਹੀਂ ਗੀ, ਪੰਜਾਬ ਸਰਕਾਰ ਦੀ ਅਤੇ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ। ਅਤੇ ਮੇਰੀ ਇਹੀ ਵਾਰ ਵਾਰ ਬੇਨਤੀ ਹੈ ਵੀ ਸਰਕਾਰ ਅਤੇ ਪ੍ਰਸ਼ਾਸਨ ਇਸ ਚੀਜ਼ ਨੂੰ ਠੱਲ ਪਾਵੇ, ਲੋਕਾਂ ਦੇ ਪੁੱਤ ਮਰ ਨੂੰ ਬਚਾਵੇ, ਲੋਕਾਂ ਨਾਲ ਇੰਨਾ ਧੱਕਾ ਜਿਹੜਾ ਨਾ ਹੋਣ ਦਿੱਤਾ ਜਾਵੇ। ਜਿਹੜੇ ਸਾਡੇ ਸਿਆਸੀ ਲੀਡਰ ਨੇ, ਜਿਹੜੇ ਸਿਆਸਤਾਂ ਘੋਲ ਰਹੇ, ਉਹਨਾਂ ਕੋਲ ਤਾਂ ਫੌਜਾਂ ਲਈ ਫਿਰਦੇ ਨੇ ਨਾਲ ਗੱਲ ਮਹੀਨਾ ਦੀ, ਉਹਨਾਂ ਨੂੰ ਤਾਂ ਪਰਵਾਹ ਕੋਈ। ਅਤੇ ਲੋਕਾਂ ਦੇ ਪੁੱਤਾਂ ਦਾ ਕਿੰਨਾ ਕੁ ਜਾ ਕੇ ਮੁੱਲ ਪਾਉਂਦੇ ਨੇ ਅਤੇ ਕੀ ਉਹਨਾਂ ਦਾ ਮੋੜਦੇ ਨੇ। ਕੀ ਆ ਆਪਣਾ ਵਿੱਕੀ ਮਿੱਡੂ ਖੋੜਾ ਮਰ ਗਿਆ ਜਿਹੜਾ, ਇਹ ਮੇਰਾ ਬੇਟਾ ਗੁਰਲਾਲ ਅਤੇ ਵਿੱਕੀ ਜਿਹੜਾ 20 ਸਾਲ ਤੋਂ ਇਕੱਠੇ ਦੋਸਤ ਸੀ, ਭਰਾਵਾਂ ਨਾਲੋਂ ਵੱਧ ਕੇ ਇਹਨਾਂ ਦਾ ਪਿਆਰ ਸੀ। ਬਲਕਿ ਇਹ ਇੰਨਾ ਕਿ ਇਹਨਾਂ ਦਾ ਇੱਕ ਦੂਜੇ ਨਾਲ ਪਿਆਰ ਸੀ ਵੀ ਜਿੰਨੇ ਵੀ ਭਲਵਾਨ ਸੀ ਸਾਡੇ ਫਰੀਦਕੋਟ ਦੇ ਜਦੋਂ ਜਾਂਦੇ ਸੀ, ਚੰਡੀਗੜ੍ਹ ਇਕੱਠੇ ਹੁੰਦੇ ਸੀ, ਉੱਥੇ ਸਾਰੇ ਇਕੱਠੇ ਰਹਿੰਦੇ ਸੀ, ਉਹ ਇੱਥੇ ਆਉਂਦਾ ਸੀ ਅਤੇ ਇੱਥੇ ਸਾਰੇ ਇਕੱਠੇ ਹੁੰਦੇ ਸੀ, ਮੇਰੇ ਘਰ ਖੁਦ ਇਹਨਾਂ ਦਾ ਖਾਣ ਪੀਣ ਹੁੰਦਾ ਸੀ। ਹੁਣ ਵੀ ਉਹ ਗੁਰਲਾਲ ਦੀ ਮੌਤ ਤੋਂ ਮਗਰੋਂ 3-4 ਵਾਰੀ ਮੇਰੇ ਕੋਲ ਹੋ ਕੇ ਗਿਆ ਹੈ, ਮੈਨੂੰ ਖੁਦ ਕਹਿ ਕੇ ਗਿਆ ਵੀ ਅੰਕਲ ਜੀ ਗੁਰਲਾਲ ਤਾਂ ਅਸੀਂ ਨਹੀਂ ਮੋੜ ਸਕਦੇ ਪਰ ਅਸੀਂ ਵੀ ਤੇਰੇ ਪੋਤੀ ਹਾਂ। ਅਤੇ ਮੈਨੂੰ ਯਕੀਨ ਨਾਲ ਮੈਂ ਕਹਿੰਦਾ ਵੀ ਇਹ ਮੇਰੇ ਗੁਰਲਾਲ ਦੇ ਕਤਲ ਦੇ ਵਿੱਚ ਵਿੱਕੀ ਦਾ ਕੋਈ ਮਿੱਡੂ ਖੇੜੇ ਦਾ ਹੱਥ ਨਹੀਂ, ਕੋਈ ਕਿਸੇ ਦਾ ਤਰ੍ਹਾਂ ਦਾ ਉਹਦਾ ਰੋਲ ਨਹੀਂ ਇਹਦੇ ਵਿੱਚ, ਜਿਹੜਾ ਕਿ ਨਾਲ ਪ੍ਰਸ਼ਾਸਨ ਆਪਦਾ ਆਪਣਾ ਨਿਕਾਮੀ ਛੁਪਾਉਣ ਦੀ ਖਾਤਰ ਇਹਦੇ ਨਾਲ ਗੈਂਗਵਾਰ ਨਾਲ ਜੋੜ ਰਿਹਾ ਵੀ ਜਾਂ ਉਹਨੇ ਕਰਵਾਇਆ ਜਾਂ ਕਿਹਨੇ ਕਰਵਾਇਆ, ਬਿਲਕੁਲ ਗਲਤ ਆ। ਕੋਈ ਮਿੱਡੂ ਖੇੜੇ ਦਾ ਇਹਦੇ ਵਿੱਚ ਹੱਥ ਨਹੀਂ ਗਾ। ਇਹ ਜਿਹੜੀਆਂ ਪੋਸਟਾਂ ਪੈਂਦੀਆਂ ਨੇ ਪਈਆਂ ਬਿਲਕੁਲ ਸਰਾਸਰ ਗਲਤ ਨੇ। ਸਰਕਾਰ ਨੂੰ ਇਹਨਾਂ ਨੂੰ ਇਸ ਚੀਜ਼ 'ਤੇ ਕੰਟਰੋਲ ਕਰਨਾ ਚਾਹੀਦਾ। ਸਰਕਾਰ ਆਪਦਾ ਨਜ਼ਲਾ ਨੱਕ ਨਾਲ ਪੂੰਝ ਕੇ ਲੋਕਾਂ 'ਤੇ ਸੁੱਟਣ ਦੀ ਨਾ ਕੋਸ਼ਿਸ਼ ਕਰੇ ਜਾਂ ਪ੍ਰਸ਼ਾਸਨ। ਔਰ ਮੈਂ ਇਹਦੇ ਨਾਲ ਇੱਕ ਗੱਲ ਕਹਿੰਦਾ, ਮੇਰੇ ਪੁੱਤ ਦਾ ਕਤਲ ਕੀਤਾ ਨਹੀਂ ਗਿਆ, ਉਹ ਕਰਵਾਇਆ ਗਿਆ ਹੈ। ਪਰ ਹੌਲੀ ਹੌਲੀ ਸਮਾਂ ਆਉਣ 'ਤੇ ਮੈਂ ਉਹ ਵੀ ਦੱਸਾਂਗਾ ਕਿ ਕਿਵੇਂ ਹੋਇਆ, ਕਿਸ ਤਰ੍ਹਾਂ ਹੋਇਆ ਹੈ। ਅੱਜ ਨਹੀਂ ਮੈਂ ਕੁਝ ਬੋਲ ਸਕਦਾ ਜੀ, ਜੇ ਮੈਂ ਜ਼ਿਆਦਾ ਬੋਲਦਾ ਤਾਂ ਮੇਰੀਆਂ ਅੱਜ ਵੀ ਓਨੀਆਂ ਹੀ ਧਾਵਾਂ ਨਿਕਲਦੀਆਂ ਜਿੰਨੀਆਂ ਮੇਰੀਆਂ ਉਸ ਟਾਈਮ 'ਤੇ ਨਿਕਲਦੀਆਂ ਜਿੱਦਣ ਮੇਰੇ ਗੁਰਲਾਲ ਦਾ ਕਤਲ ਹੋਇਆ ਹੈ। ਮੇਰਾ ਇੱਕ 4.5 ਸਾਲ ਦਾ ਪੁੱਤਰ ਆ, ਇੱਕ ਮੇਰੀ 6 ਸਾਲ ਦੀ ਪੋਤਰੀ ਹੈ। ਮੈਨੂੰ ਜਦੋਂ ਉਹਨਾਂ ਨੇ ਵੇਖਣਾ, ਮੇਰੀ ਉਦੋਂ ਵੀ ਆਂਦਰਾਂ ਪੜਦੀਆਂ ਕਿ ਇਹਨਾਂ ਨੂੰ ਸੰਭਾਲਣਾ ਕਿੰਨੇ ਸੀ ਜਿਹੜਾ ਮੇਰੇ ਮੋਢਿਆਂ ਦੇ ਭਾਰ ਆਣ ਪਿਆ। ਅਤੇ ਸੋ ਮੈਂ ਇਹ ਬੇਨਤੀ ਕਰਦਾ ਪ੍ਰਸ਼ਾਸਨ ਨੂੰ ਵੀ ਅਤੇ ਸਰਕਾਰ ਨੂੰ ਵੀ ਵੀ ਇਹ ਖੇਡਾਂ ਨਾ ਖੇਡੀਆਂ ਜਾਣ, ਇਹਨਾਂ 'ਤੇ ਕੰਟਰੋਲ ਕੀਤਾ ਜਾਵੇ।
ਹੋਰ ਮਾਵਾਂ ਦੇ ਪੁੱਤ ਮਰਨੋਂ ਬਚਾਏ ਜਾਣ, ਕਿੰਨਿਆਂ ਕੁ ਘਰਾਂ ਦੇ ਵਿੱਚ ਸੱਥਰ ਵਿਛਣੇ ਨੇ ਅਤੇ ਕਿੰਨਿਆਂ ਘਰਾਂ ਦੇ ਵਿੱਚ ਵਿਛਾਉਣੇ ਨੇ, ਜਿਹੜਾ ਕਿ ਹੁਣ ਫਿਰ ਆਪ ਦੇ ਵਿੱਚ ਦੀ ਦੋ ਗਰੁੱਪ ਤਿੰਨ ਗਰੁੱਪ ਜਿਹੜੇ ਨੇ ਭਿੜੀ ਜਾਂਦੇ ਨੇ। ਇਹਦਾ ਕਤਲ ਕਰਕੇ ਵਿੱਕੀ ਮਿੱਡੂ ਖੇੜੇ ਦਾ ਕਹਿਤਾ ਵੀ ਇਹਦਾ ਅਸੀਂ ਗਰਲਾਲ ਬਰਾੜ ਦਾ ਅਤੇ ਆਪਣਾ ਨਾ ਗਰਲਾਲ ਭਲਵਾਨ ਦਾ ਅਤੇ ਰਾਣੇ ਸਿੱਧੂ ਦਾ ਬਦਲਾ ਲੈ ਲਿਆ ਹੈ। ਉਹ ਪੋਸਟਾਂ ਪਾ ਕੇ ਦੇਖੀ ਜਾਂਦੇ ਸੀ ਅਸੀਂ ਗੁਰਲਾਲ ਆਪਣਾ ਬਰਾੜ ਦਾ ਬਦਲਾ ਲੈ ਲਿਆ ਹੈ, ਜਿਹੜੇ ਕਿ ਇੱਕ ਦੂਜੇ ਨੂੰ ਜਾਣਦੇ ਤੱਕ ਵੀ ਨਹੀਂ, ਸ਼ਕਲਾਂ ਵੀ ਨਹੀਂ ਵੇਖੀਆਂ ਹੋਣੀਆਂ। ਅਤੇ ਇਹ ਕਿਹੜੀ ਗੱਲ ਦਾ ਦੱਸੋ ਬਦਲੇ ਲੈ ਰਹੇ ਨੇ ਅਤੇ ਕਿਹੜੀ ਗੱਲ ਦੇ ਬਦਲੇ ਹੋ ਰਹੇ ਨੇ, ਜਿਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਕਿਸੇ ਧਿਰ ਦਾ ਵੀ। ਇਹ ਮੈਂ ਫਿਰ ਵਾਰ ਵਹਿਦੇ ਮੈਂ ਕਹਿੰਦਾ ਵੀ ਵਿੱਕੀ ਮਿੱਡੂ ਖੇੜਾ ਅਤੇ ਮੇਰਾ ਗੁਰਲਾਲ ਜਿਹੜਾ ਸਕਿਆ ਭਰਾਵਾਂ ਨਾਲੋਂ ਵੱਧ ਸੀ। ਜਿਹੋ ਜਿਹਾ ਮੇਰਾ ਗੁਰਲਾਲ ਗਿਆ ਹੈ, ਇੱਕਦਮ ਅਤੇ ਗੁਰਲਾਲ ਦੁਆਰਾ ਮੈਂ ਅੱਜ ਦੂਜਾ ਪੁੱਤ ਵਿੱਕੀ ਮਿੱਡੂ ਖੇੜਾ ਗੁਆਇਆ, ਜਿਹੜਾ ਨਹੀਂ ਸੀ ਹੋਣਾ ਚਾਹੀਦਾ ਸਾਡੇ ਵਿੱਚ ਹੋਣਾ ਚਾਹੀਦਾ। ਗੁਰਲਾਲ ਵੀ ਜੇ ਪ੍ਰਸ਼ਾਸਨ ਆਪਦਾ ਪੂਰਾ ਕੰਮ ਕਰਦਾ, ਗੁਰਲਾਲ ਵੀ ਸਾਡੇ ਵਿੱਚ ਹੁੰਦਾ ਅਤੇ ਅੱਜ ਵਿੱਕੀ ਵੀ ਸਾਡੇ ਵਿੱਚ ਹੁੰਦਾ। ਦੇਖੋ ਜੀ, ਸਮਾਂ ਪਾ ਕੇ ਹੌਲੀ ਹੌਲੀ ਸਾਰੀਆਂ ਗੱਲਾਂ ਬਾਹਰ ਆ ਜਾਂਦੀਆਂ ਨੇ ਅਤੇ ਆ ਜਾਣੀਆਂ ਨੇ। ਇਹ ਤੁਸੀਂ ਜਿਹੜੀ ਗੱਲ ਕੀਤੀ ਹੈ ਬਿਲਕੁਲ ਦਰੁਸਤ ਹੈ, ਇਹਦੇ 'ਚ ਕੋਈ ਦੋ ਰਾਵਾਂ ਨਹੀਂ, ਪਰ ਜਿੰਨਾ ਚਿਰ ਗੱਲ ਕਲੀਅਰ ਨਹੀਂ ਹੋ ਜਾਂਦੀ ਉਨਾ ਚਿਰ ਮੈਨੂੰ ਵੀ ਨਾਂ ਲੈਣਾ ਕਿਸੇ ਦਾ ਔਖਾ ਹੈ। ਜੇ ਇਹਦੀ ਤਫਤੀਸ਼ ਪੂਰੀ ਹੋਵੇ, ਜਾਣਕਾਰੀ ਆਪਣਾ ਪੁਲਿਸਦਾਰੀ ਹਾਸਲ ਕਰੇ, ਪੂਰੀ ਤਫਤੀਸ਼ ਕਰੇ ਅਤੇ ਕਈ ਕੁਸ਼ਚਨ 'ਚੋਂ ਨਿਕਲ ਸਕਦਾ ਨਿਕਲੇਗਾ ਵੀ, ਇਹ ਮੈਂ ਆਹਨਾ। ਪਰ ਜਦੋਂ ਇਹਨੂੰ ਰੋਕਿਆ ਜਾ ਰਿਹਾ, ਜਾਂਚ ਨੂੰ ਪ੍ਰਭਾਵਿਤ ਕੀਤਾ ਜਾ ਰਿਹਾ, ਉਹ ਕਿਹਦੇ ਜ਼ੋਰ 'ਤੇ ਕੀਤਾ ਜਾ ਰਿਹਾ, ਕਿਉਂ ਕੀਤਾ ਜਾ ਰਿਹਾ, ਇਹਦਾ ਮਤਲਬ ਸਰਕਾਰ ਦੀ ਨਾਕਾਮੀ ਆ ਜਾਂ ਕੋਈ ਸਿਆਸੀ ਬੰਦਿਆਂ ਦੀ ਨਾਕਾਮੀ ਜੀ? ਪੁਲਿਸ ਦੇ ਹੱਥ ਬੰਨੇ ਹੋਣਗੇ, ਪੁਲਿਸ ਨਹੀਂ ਕੁਛ ਕਰਦੀ। ਜੇ ਪੁਲਿਸ ਦੇ ਰਾਹ ਨੂੰ ਜਾਣਾ ਚਾਹੁੰਦੀ ਤਾਂ ਉਹ ਉਹਨਾਂ ਨੂੰ ਮੋੜ ਕੇ ਦੂਜੇ ਪਾਸੇ ਨੂੰ ਜਾਣਾ ਚਾਹੁੰਦੇ ਨੇ। ਦੇਖੋ ਵੀਰ ਜੀ, ਤੁਸੀਂ ਬਹੁਤ ਸੂਝਵਾਨ ਬੰਦੇ ਹੋ। ਜਿੱਦਣ ਗੁਰਲਾਲ ਦਾ ਕਤਲ ਹੋਇਆ, ਮੇਰੇ ਕੋਲ ਬੋਲਣ ਦੀ ਹਿੰਮਤ ਵੀ ਨਹੀਂ ਸੀ, ਮੈਂ ਨਾਂ ਤਾਂ ਕਿਸੇ ਦਾ ਲਿਖਾਉਣਾ ਕੀ ਸੀ, ਮੈਂ ਕਿਸੇ ਵੀ ਇੱਕ ਬੰਦੇ ਦਾ ਵੀ ਨਾਂ ਨਹੀਂ ਸੀ ਲਿਖਾਇਆ, ਜੋ ਸਾਡੀ ਦੁਸ਼ਮਣੀ ਕਿਸੇ ਨਾਲ ਨਹੀਂ, ਸਾਡਾ ਕੋਈ ਲਾਗ ਡਾਟ ਕਿਸੇ ਨਾਲ ਨਹੀਂ, ਮੈਂ ਕਿਹਦਾ ਨਾਂ ਲੈ ਦਿੰਦਾ। ਪੁਲਿਸ ਨੇ ਖੁਦ ਆਪ ਬੰਦੇ ਇਨਵੋਲਵ ਕੀਤੇ ਨੇ, ਜਿਹੜੇ 302 ਦੇ ਵਿੱਚ ਬੰਦੇ ਇਨਵੋਲਵ ਕੀਤੇ ਉਹ ਅੱਜ ਤੱਕ ਨਹੀਂ ਫੜੇ, ਔਰ ਉਹਨਾਂ ਨੂੰ ਪਹਿਲਾਂ ਪੁਲਿਸ ਫੜ ਕੇ ਲਿਆਈ ਹੈ ਜੀ ਅੱਧੀ ਰਾਤ ਨੂੰ, ਉਹਨਾਂ ਨੂੰ ਛੱਡ ਦਿੱਤਾ ਗਿਆ। ਉਹ ਕਿਉਂ ਛੱਡ ਦਿੱਤਾ ਗਿਆ, ਕਿਹਨੇ ਛਡਾਇਆ, ਕਿਹਦੀ ਸ਼ਾਇਦ ਛੱਡੇ, ਕਿਹਦਾ ਜ਼ੋਰ ਸੀ ਉਸ ਟਾਈਮ 'ਤੇ, ਜ਼ੋਰ ਕਿਸੇ ਨੇ ਜ਼ੋਰ ਨਹੀਂ ਛਡਾਏ ਹੋਣਗੇ। 302 ਦੇ ਵਿੱਚ ਬੰਦੇ ਇਨਵੋਲਵ ਕੀਤੇ ਹੋਣ ਅਤੇ ਰਾਤ ਨੂੰ ਅੱਧੀ ਰਾਤ ਨੂੰ ਛੱਡਿਆ ਜਾਵੇ ਬੰਦਿਆਂ ਨੂੰ, ਉਹਨਾਂ ਨੂੰ ਮੈਂ ਫੜਾਇਆ ਸੀ। ਪੁਲਿਸ ਨੂੰ ਸਾਰਾ ਪਤਾ ਹੁੰਦਾ, ਪੁਲਿਸ ਕੋਲ ਸਾਰੀ CID ਹੁੰਦੀ ਹੈ, ਪੁਲਿਸ ਦੇ ਕੋਲ ਸਾਰੇ ਸੋਰਸ ਹੁੰਦੇ ਨੇ, ਪੁਲਿਸ ਲੱਭ ਲੈਂਦੀ ਹੈ, ਪਰ ਉਹਨਾਂ ਨੂੰ ਰੋਕਣ ਵਾਲੇ ਵੀ ਵਿੱਚੇ ਤੁਰ ਪੈਂਦੇ ਨੇ। ਜਿੰਨਾ ਚਿਰ ਆਪਣਾ ਗੱਲ ਸਾਹਮਣੇ ਨਹੀਂ ਸਾਰੀ ਆਉਂਦੀ, ਉਨਾ ਚਿਰ ਮੈਂ ਕਿਸੇ ਦੇ ਨਾਲ ਨਹੀਂ, ਮੈਂ ਟਾਈਮ ਆਉਣ 'ਤੇ ਉਹ ਵੀ ਨਾਂ ਲਵਾਂਗਾ, ਮੈਨੂੰ ਕੋਈ ਝਿਜਕ ਨਹੀਂ, ਕੋਈ ਡਰ ਨਹੀਂ। ਛੋਟੇ ਵੀਰ, ਮੇਰੀ 75 ਸਾਲ ਦੀ ਉਮਰ ਹੋ ਗਈ ਹੈ, ਮੈਂ ਵੱਧ ਤੋਂ ਵੱਧ 4 ਸਾਲ ਹੋਰ ਕੱਢ ਜੂ, 5 ਕੱਢ ਜੂ, ਹਾਰਟ ਦਾ ਪੇਸ਼ੈਂਟ, ਇਸ ਕਰਕੇ ਮੈਂ ਮਰਨਾ, ਮੈਨੂੰ ਮਰਨ ਦਾ ਵੀ ਕੋਈ ਡਰ ਨਹੀਂ। ਜੇ ਕੋਈ ਮੈਨੂੰ ਮਾਰਨਾ ਚਾਹੋ ਤਾਂ ਮਰਵਾਉਣਾ ਚਾਹੋ, ਮੈਨੂੰ ਵੀ ਤਾਂ ਮਰਵਾ ਦੇ, 2-4 ਸਾਲ ਪਹਿਲਾਂ ਮਰ ਜੂ ਵੱਧ ਤੋਂ ਵੱਧ ਆਹੀ ਆ। ਪਰ ਮੈਂ ਸਮਾਂ ਆਉਣ 'ਤੇ ਦੱਸਾਂਗਾ, ਅਜੇ ਮੈਂ ਗੱਲ ਕਲੀਅਰ ਸਾਰੀ ਨਹੀਂ, ਜਿੰਨਾ ਚਿਰ ਕਰ ਲੈਂਦਾ ਉਨਾ ਚਿਰ ਨਾਂ ਨਹੀਂ ਮੈਂ ਕਿਸੇ ਦਾ ਲੈਣਾ ਚਾਹੁੰਦਾ। ਮੈਂ ਤੁਹਾਡੇ ਮਾਧਿਅਮ ਰਹੀ ਇਹੀ ਕਹਿਣਾ ਚਾਹੁੰਦਾ ਕਿ ਸਰਕਾਰ ਉਨਾ ਚਿਰ ਆਪਦੀ ਹੁੰਦੀ ਆ ਜਿੰਨਾ ਚਿਰ ਸਰਕਾਰ ਦਾ ਨੁਮਾਇੰਦਾ ਆਪ ਖੁਦ ਜਿੰਦਾ ਹੁੰਦਾ ਹੈ ਅਤੇ ਕੰਮ ਕਰ ਰਿਹਾ ਹੁੰਦਾ ਹੈ। ਜਦੋਂ ਸਰਕਾਰ ਦੇ ਵਿੱਚੋਂ ਉਹ ਨੁਮਾਇੰਦਾ ਕੋਈ ਖਤਮ ਕਰ ਦਿੱਤਾ ਜਾਂਦਾ ਹੈ ਨਾ, ਉਦੋਂ ਕੋਈ ਸਰਕਾਰ ਨਹੀਂ ਉਹਦੀ ਹੁੰਦੀ, ਕੋਈ ਸਿਆਸੀ ਭਰਾ ਨਹੀਂ ਉਹਦਾ ਬਣਦਾ, ਸਭ ਉਦੋਂ ਸਾਥ ਛੱਡ ਜਾਂਦੇ ਨੇ। ਕੀ ਆ, ਤੁਸੀਂ ਵੇਖਿਆ ਨਹੀਂ ਕੱਲ੍ਹ ਜੇ ਵਿੱਕੀ ਮਿੱਡੂ ਖੜੇ ਦਾ ਕਤਲ ਹੋਇਆ ਅਤੇ ਸੁਖਬੀਰ ਸਿੰਘ ਬਾਦਲ ਆਪਣਾ ਟਿਕਟਾਂ ਵੰਡ ਕੇ ਅਤੇ ਲੱਡੂ ਵੰਡਣ ਡਏ ਸੀ ਪਿੰਡਾਂ 'ਚ, ਜਿਹੜੇ ਲਾਹਾ ਦਾ ਨਾਰਾ ਮਾਰਦੇ ਪਏ, ਵਿੱਕੀ ਮਿੱਡੂ ਖੇੜਾ ਸਾਡਾ ਬਹੁਤ ਨਜ਼ਦੀਕੀ ਸੀ ਅਤੇ ਬੜਾ ਸਾਡਾ ਉੱਚਾ ਸੁੱਚਾ ਸਾਥੀ ਸੀ, ਵੀ ਉਹ 2-4 ਦਿਨ ਟਿਕਟਾਂ ਲੇਟ ਨਹੀਂ ਸੀ ਹੋ ਸਕਦੀਆਂ, ਉਹ ਜਿਨ੍ਹਾਂ ਦੇ ਨਾਂ ਅਨਾਊਂਸ ਕੀਤੇ ਸੀ ਉਹਨਾਂ ਨੂੰ ਤਾਂ ਮਿਲ ਹੀ ਜਾਣੀਆਂ ਸੀ। ਸਾਰੇ ਹੀ ਸਿਆਸੀ ਇਹੋ ਕੁਛ ਕਰ ਰਹੇ ਨੇ, ਮੈਂ ਇੱਕ ਦਾ ਨਹੀਂ ਨਾਂ ਲੈਂਦਾ, ਸਾਰੇ ਹੀ ਸਿਆਸੀ ਇਹੋ ਕੁਛ ਕਰ ਰਹੇ ਨੇ, ਉਹ ਕੋਈ ਕਿਸੇ ਦਾ ਨਹੀਂ ਬਣਦਾ, ਉਨਾ ਚਿਰ ਹੀ ਬਣਦਾ ਜਿੰਨਾ ਚਿਰ ਕਿਸੇ ਦੇ ਮੂੰਹ 'ਚ ਉਂਗਲ ਪਾਈ ਰੱਖਦਾ। ਦੇਖੋ ਜੀ, ਮੈਂ ਤਾਂ ਤੁਹਾਡੇ ਮਾਧਿਅਮ ਰਹੀ ਇਹੀ ਕਹਿਣਾ ਚਾਹੁੰਦਾ, ਮੇਰੀ ਬੇਨਤੀ ਹੱਥ ਜੋੜ ਕੇ ਗੈਂਗਸਟਰਾਂ ਅੱਗੇ ਵੀ ਅਤੇ ਸਰਕਾਰ ਅੱਗੇ ਵੀ ਅਤੇ ਪੰਜਾਬ ਪ੍ਰਸ਼ਾਸਨ ਅੱਗੇ ਵੀ, ਸਾਡੇ ਅੱਗੇ ਪੁਲਿਸ ਅੱਗੇ, ਕਿ ਇਹਨਾਂ ਨੂੰ ਬਚਾਇਆ ਜਾਵੇ। ਇਹ ਜਿਹੜੇ ਆਪਦੀ ਪਬਲਿਸਿਟੀ ਵਾਸਤੇ ਇੰਨਾ ਕੁਛ ਕਰਦੇ ਨੇ, ਇਹ ਪਹਿਲਾਂ 2-4 ਹਜ਼ਾਰ ਤੋਂ ਤੁਰਦੇ ਨੇ, ਇਹਨਾਂ ਨੂੰ ਦੇ ਕੇ ਮਗਰ ਕੋਈ ਜਿਹੜੇ ਰੈਕੀ ਕਰਵਾਉਂਦੇ ਨੇ, ਇੰਨੇ ਕੁ ਵਾਲੇ ਹੁੰਦੇ ਨੇ ਰੈਕੀ ਕਰਨ ਵਾਲੇ, ਹੌਲੀ ਹੌਲੀ ਜਦੋਂ ਫਸ ਜਾਂਦੇ ਨੇ ਜਾਂ ਭਗੌੜਾ ਹੋ ਜਾਂਦਾ, ਮੁੜ ਕੇ ਉਹ ਵੱਡੇ ਲੈਵਲ 'ਤੇ ਜਾਣਾ ਸ਼ੁਰੂ ਕਰ ਲੈਂਦਾ।
ਉਹ ਆਪਦਾ ਨਾਂ ਚਮਕਾਉਣ ਲੱਗ ਪੈਂਦਾ। ਕਿੰਨਾ ਕੁ ਚਿਰ ਨਾਂ ਚਮਕਦਾ, ਆਖਿਰਕਾਰ ਮਾੜੇ ਕੰਮ ਦਾ ਨਤੀਜਾ ਮਾੜਾ ਹੀ ਰਿਜ਼ਲਟ ਨਿਕਲਦਾ। ਹੌਲੀ ਹੌਲੀ ਬੰਦੇ ਜਿਹੜੇ ਨੇ ਉਹਨਾਂ ਨੂੰ ਉਹ ਪ੍ਰਸ਼ਾਸਨ ਹੀ ਉਹਨਾਂ ਨੂੰ ਪਹਿਲਾਂ ਹਾਈਲਾਈਟ ਹੋਣ ਦਿੰਦਾ ਅਤੇ ਪ੍ਰਸ਼ਾਸਨ ਹੀ ਮੁੜ ਕੇ ਕਾਬੂ ਕਰਕੇ ਜਦੋਂ ਮਰਜ਼ੀ ਮਾਰ ਲੈਂਦਾ। ਇਹਦੇ 'ਚ ਕੋਈ ਦੋ ਰਾਵਾਂ ਨਹੀਂ। ਜੇ ਆ ਪੁਲਿਸ ਦੇ ਦੋ ਬੰਦੇ ਮਰੇ ਨੇ ਤਾਂ 15 ਦਿਨ ਨਹੀਂ ਪੈਣ ਦਿੱਤੇ, ਬੰਬਿਓਂ ਵੀ ਜਾ ਕੇ ਫੜ ਲਿਆ ਨੇ। ਇੱਥੇ ਜਿਹੜੇ ਉਹ ਪੰਜਾਬ ਦੇ ਵਿੱਚੋਂ ਨਹੀਂ ਫੜ ਸਕਦੇ, ਔਖੇ ਫੜਨੇ ਉਹਨਾਂ ਨੂੰ। ਇਹ ਸਾਰੀ ਪ੍ਰਸ਼ਾਸਨ ਦੀ ਨਾਕਾਮੀ ਕਹਾਂਗਾ ਮੈਂ। ਪੋਸਟਰ ਦੇ ਰੂਪ ਵਿੱਚ ਉਡਾਈਆਂ ਜਾ ਰਹੀਆਂ ਅਜਿਹੀਆਂ ਅਫਵਾਹਾਂ ਸਿਰਫ ਅਸਲ ਦੋਸ਼ੀਆਂ ਨੂੰ ਬਚਾਉਣ ਲਈ ਫੈਲਾਈਆਂ ਜਾ ਰਹੀਆਂ ਹਨ, ਜਾਂ ਫਿਰ ਇਹ ਸੱਚ ਹੈ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਬਿਊਰੋ ਰਿਪੋਰਟ, ਨਿਊਜ਼ ਆਨ ਲਈ।